ਹਾਂ ਖੁਸ਼ਪ੍ਰੀਤ ਕੌਰ। ਲੁਧਿਆਣਾ ਇੱਕ ਵਾਰ ਮੁੜ ਸਹਿਮਿਆ ਕਿਉਂਕਿ ਲੁਧਿਆਣਾ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕੀਤਾ ਗਿਆ ਹੈ ਤੇ ਤਿੰਨੇ ਬਜ਼ੁਰਗ ਦੱਸੇ ਜਾ ਰਹੇ ਨੇ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਘਰ ਦੇ ਵਿੱਚੋਂ ਮਿਲੀਆਂ ਨੇ। ਦਰਅਸਲ ਅੱਜ ਸਵੇਰੇ ਦੋਧੀ ਦੇ ਵੱਲੋਂ ਲਾਗੇ ਚਾਗੇ ਜਿਹੜੇ ਗੁਆਂਢੀ ਰਹਿੰਦੇ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਨਾਲ ਦੇ ਘਰ ਦੇ ਲੋਕ ਦਰਵਾਜ਼ਾ ਨਹੀਂ ਖੋਲ ਰਹੇ, ਜਿਸ ਤੋਂ ਬਾਅਦ ਗੁਆਂਢੀਆਂ ਦੇ ਵੱਲੋਂ ਜਾ ਕੇ ਘਰ ਦੇ ਵਿੱਚ ਵੇਖਿਆ ਗਿਆ ਤਾਂ ਮ੍ਰਿਤਕ ਦੇਹਾਂ ਤਿੰਨਾਂ ਬਜ਼ੁਰਗਾਂ ਦੀਆਂ ਪਈਆਂ ਸੀ। ਪਰ ਗੁਆਂਢੀਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਬੀਤੇ ਦਿਨੀ ਜਦੋਂ ਉਹਨਾਂ ਦੇ ਘਰ ਕੰਮ ਕਰਨ ਦੇ ਲਈ ਜਿਹੜੀ ਵੀ ਉਹਨਾਂ ਨੇ ਬੀਬੀ ਰੱਖੀ ਸੀ ਉਹ ਕੰਮ ਕਰਨ ਆਈ, ਉਸਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਮੈਂ ਬੂਹਾ ਖੜਕਾ ਕੇ ਆ ਗਈ ਹਾਂ, ਕਿਸੇ ਦੇ ਵੱਲੋਂ ਵੀ ਬੂਹਾ ਨਹੀਂ ਖੋਲਿਆ ਗਿਆ। ਪਰ ਅੱਜ ਜਦੋਂ ਸਵੇਰੇ ਦੋਧੀ ਨੇ ਮੁੜ ਇਹੀ ਗੱਲ ਜਾ ਕੇ ਗੁਆਂਢੀਆਂ ਨੂੰ ਦੱਸੀ ਤਾਂ ਫਿਰ ਗੁਆਂਢੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਗੁਆਂਢੀ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਆ ਕੇ ਘਰ ਦਾ ਬੂਹਾ ਖੜਕਾਇਆ ਜਾਂਦਾ। ਜਦੋਂ ਕੋਈ ਵੀ ਬੂਹਾ ਨਹੀਂ ਖੋਲਦਾ ਤਾਂ ਉਹ ਦਰਵਾਜ਼ਾ ਤੋੜ ਕੇ ਅੰਦਰ ਜਾਂਦੇ ਨੇ, ਜਿਸ ਤੋਂ ਬਾਅਦ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਵੇਖ ਕੇ ਫਿਰ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਤੇ ਹੁਣ ਪੁਲਿਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਤਿੰਨਾਂ ਬਜ਼ੁਰਗਾਂ ਦਾ ਕਤਲ ਕਿਸਨੇ ਕੀਤਾ। ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਲੁਧਿਆਣੇ ਦੇ ਵਿੱਚ ਕਤਲ ਹੋਇਆ ਹੈ। ਸੋ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਵਿਖਾ ਰਹੇ ਹਾਂ ਜਿੱਥੇ ਜਿਸ ਘਰ ਦੇ ਵਿੱਚ ਇਹਨਾਂ ਤਿੰਨਾਂ ਬਜ਼ੁਰਗਾਂ ਦਾ ਕਤਲ ਕੀਤਾ ਗਿਆ ਹੈ ਤੇ ਇਹ ਇੱਕੋ ਪਰਿਵਾਰ ਦੇ ਜੀ ਨੇ, ਬੀਬੀ, ਨੌਂ ਅਤੇ ਪੁੱਤ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ। ਦੋ ਬੀਬੀਆਂ ਤੇ ਇੱਕ ਉਹਨਾਂ ਦਾ ਪੁੱਤ ਸੀ, ਨੌਂ ਪੁੱਤ ਤੇ ਇੱਕ ਬੀਬੀ ਸੀ ਜਿਸ ਦਾ ਕਤਲ ਕੀਤਾ ਗਿਆ। ਹਾਲਾਂਕਿ ਕਤਲ ਕਿਉਂ ਕੀਤਾ, ਕਿਸਨੇ ਕੀਤਾ, ਇਸ ਦੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ। ਪੁਲਿਸ ਦਾ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ ਕਿ ਆਖਿਰ ਇਹਨਾਂ ਦਾ ਕਤਲ ਕਿਉਂ ਕੀਤਾ ਗਿਆ। ਸੋ ਇੱਕੋ ਪਰਿਵਾਰ ਦੇ ਤਿੰਨ ਬਜ਼ੁਰਗਾਂ ਦਾ ਲੁਧਿਆਣਾ ਦੇ ਵਿੱਚ ਕਤਲ ਹੋਇਆ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਬੀਬੀ ਬਚਨ ਕੌਰ 90 ਸਾਲ ਦੀ, ਸੁਰਿੰਦਰ ਕੌਰ 66 ਸਾਲ ਦੇ ਤੇ ਚਮਨ ਲਾਲ 70 ਸਾਲ ਦੇ ਦੱਸੇ ਜਾ ਰਹੇ ਨੇ। ਸੋ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹਨਾਂ ਦਾ ਕਤਲ ਕਿਸਨੇ ਕੀਤਾ, ਕਿਉਂ ਕੀਤਾ, ਕਿਉਂਕਿ ਜਦੋਂ ਗੁਆਂਢੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਗੁਆਂਢੀਆਂ ਦਾ ਕਹਿਣਾ ਕਿ ਇਹਨਾਂ ਦੀ ਕਿਸੇ ਦੇ ਨਾਲ ਕੋਈ ਵੀ ਪੁਰਾਣੀ ਰੰਜਿਸ਼ ਜਾਂ ਫਿਰ ਕੋਈ ਲੜਾਈ ਝਗੜਾ ਨਹੀਂ ਸੀ। ਇਹ ਪਰਿਵਾਰ ਬੜੇ ਸਾਦੇ ਢੰਗ ਦੇ ਨਾਲ ਰਹਿੰਦਾ ਸੀ, ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਦਾ ਸੀ। ਪਰ ਇਹਨਾਂ ਦਾ ਕਤਲ ਕਿਸਨੇ ਅਤੇ ਕਿਉਂ ਕੀਤਾ, ਇਹ ਕਾਰਨਾਂ ਦਾ ਪਤਾ ਨਹੀਂ ਹੈ। ਸੋ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਕੁਝ ਮਹੀਨੇ ਪਹਿਲਾਂ ਵੀ ਇੱਕ ਤੀਰਾ ਕਤਲਕਾਂਡ ਹੋਇਆ ਸੀ, ਟ੍ਰਿਪਲ ਮਰਡਰ ਕੇਸ ਹੋਇਆ ਸੀ, ਤਿੰਨ ਜਣਿਆਂ ਦਾ ਕਤਲ ਕੀਤਾ ਗਿਆ ਸੀ ਤੇ ਅੱਜ ਮੁੜ ਤੋਂ ਲੁਧਿਆਣੇ ਦੇ ਵਿੱਚ ਹੀ ਤਿੰਨ ਜਣਿਆਂ ਦਾ ਕਤਲ ਹੋਇਆ ਤੇ ਇਹ ਕਤਲ ਇੱਕੋ ਪਰਿਵਾਰ ਦੇ ਤਿੰਨ ਜੀ ਨੇ। ਲੁਧਿਆਣਾ ਦੇ ਸਲੇਮ ਟਾਬਰੀ ਦੇ ਜਣਕਪੁਰੀ ਇਲਾਕੇ ਦੇ ਵਿੱਚ ਇਹ ਘਰ ਸੀ ਜਿਸ ਘਰ ਦੇ ਵਿੱਚ ਕਤਲ ਕੀਤਾ ਗਿਆ। ਤਿੰਨਾਂ ਬਜ਼ੁਰਗਾਂ ਦੀਆਂ ਮ੍ਰਿਤਕ ਦੇਹਾਂ ਘਰ ਦੇ ਅੰਦਰੋਂ ਮਿਲੀਆਂ। ਸੋ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗੁਆਂਢੀ ਕੀ ਕਹਿ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ, ਕਿੰਨਾ ਤੇ ਛੱਕ ਕੇ ਗੁਆਂਢੀਆਂ ਨੂੰ ਜਾਂ ਕਿਵੇਂ ਦੇ ਲੋਕ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕਿਵੇਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਗੁਆਂਢੀਆਂ ਦਾ ਕੀ ਕਹਿਣਾ ਉਹ ਸੁਣਾਉਂਦੇ ਹਾਂ ਤਾਂ ਫਿਰ ਉਸ ਤੋਂ ਬਾਅਦ ਪੁਲਿਸ ਕਿਸ ਤਰੀਕੇ ਦੀ ਕਾਰਗੁਜ਼ਾਰੀ ਜਾਂ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕਰ ਰਹੀ ਉਹ ਸੁਣਦੇ ਹਾਂ। ਸਾਰੇ ਪਤਾ ਨਹੀਂ ਕੀ ਗੱਲ ਹੈਗੀ ਹੈ, ਜਦੋਂ ਦੇਖਿਆ ਤੇ ਉਹ ਅੰਦਰ ਆਂਢੀਆਂ ਗੁਆਂਢੀਆਂ ਨੇ ਦੇਖਿਆ ਤੇ ਉਹ ਕਾਰਨ ਦਾ ਤਾਂ ਹਜੇ ਕੁਛ ਨਹੀਂ ਪਤਾ ਲੱਗਿਆ ਜੀ। ਬਸ ਸਵੇਰੇ ਦੁੱਧਾਂ ਲਾਇਆ ਉਹਨਾਂ ਨੇ ਆ ਕੇ ਦੇਖਿਆ, ਜਦੋਂ ਦੇਖਿਆ ਆ ਕੇ ਗੇਟ ਨਹੀਂ ਖੁੱਲਿਆ। ਕੱਲ੍ਹ ਵੀ ਉਹ ਆਏ ਚਲੇ ਗਏ, ਆ ਕੰਮ ਵਾਲੀ ਆਈ ਉਹ ਵੀ ਚਲੀ ਗਈ, ਅੱਜ ਸਵੇਰੇ ਉਹਨਾਂ ਨੇ ਫਿਰ ਦੂਸਰੇ ਘਰ ਨੂੰ ਗੇਟ ਖੜਕਾਇਆ ਕਿ ਉਹ ਬਾਹਰ ਨਹੀਂ ਨਿਕਲੇ, ਦੁੱਧ ਨਹੀਂ ਪਵਾ ਰਹੇ। ਪਤਾ ਨਹੀਂ ਕੀ ਗੱਲ ਹੈਗੀ ਹੈ, ਜਦੋਂ ਦੇਖਿਆ ਤੇ ਉਹ ਅੰਦਰ ਆਂਢੀਆਂ ਗੁਆਂਢੀਆਂ ਨੇ ਦੇਖਿਆ ਤੇ ਉਹ ਕਾਰਨ ਦਾ ਤਾਂ ਹਜੇ ਕੁਛ ਨਹੀਂ ਪਤਾ ਲੱਗਿਆ ਜੀ। ਬਸ ਸਵੇਰੇ ਦੁੱਧਾਂ ਲਾਇਆ ਉਹਨਾਂ ਨੇ ਆ ਕੇ ਦੇਖਿਆ, ਜਦੋਂ ਦੇਖਿਆ ਆ ਕੇ ਗੇਟ ਨਹੀਂ ਖੁੱਲਿਆ। ਕੱਲ੍ਹ ਵੀ ਉਹ ਆਏ ਚਲੇ ਗਏ, ਆ ਕੰਮ ਵਾਲੀ ਆਈ ਉਹ ਵੀ ਚਲੀ ਗਈ, ਅੱਜ ਸਵੇਰੇ ਉਹਨਾਂ ਨੇ ਫਿਰ ਦੂਸਰੇ ਘਰ ਨੂੰ ਗੇਟ ਖੜਕਾਇਆ ਕਿ ਉਹ ਬਾਹਰ ਨਹੀਂ ਨਿਕਲੇ, ਦੁੱਧ ਨਹੀਂ ਪਵਾ ਰਹੇ। ਪਤਾ ਨਹੀਂ ਕੀ ਗੱਲ ਹੈਗੀ ਹੈ, ਜਦੋਂ ਦੇਖਿਆ ਤੇ ਉਹ ਅੰਦਰ ਆਂਢੀਆਂ ਗੁਆਂਢੀਆਂ ਨੇ ਦੇਖਿਆ ਤੇ ਉਹ ਕਾਰਨ ਦਾ ਤਾਂ ਹਜੇ ਕੁਛ ਨਹੀਂ। ਫਿਰ ਕੁੰਡਾ ਖੋਲ ਕੇ ਦੇਖਿਆ ਅੰਦਰ, ਉਹ ਜਦੋਂ ਦੇਖਿਆ ਦਰਵਾਜ਼ੇ ਖੁੱਲੇ ਪਏ ਆ, ਸਭ ਕੁਝ ਖੁੱਲਾ ਪਿਆ ਤਾਂ ਉਹਨਾਂ ਦਾ ਮਰਡਰ ਹੋਇਆ ਪਿਆ ਜੀ। ਅਸੀਂ ਕੀ ਕਰ ਸਕਦੇ, ਇਸ ਤਾਂ ਬਹੁਤ ਦੁਖੀ ਆ। ਜਿਨ੍ਹਾਂ ਦੇ ਤਿੰਨ ਤਿੰਨ ਜੀ ਚਲੇ ਜਾਣ ਸਿਰ ਦੇ ਉੱਤੇ, ਜਿਹੜੇ ਜਿਨ੍ਹਾਂ ਦੇ ਭਰਾ ਏਡੇ ਜਵਾਨ ਚਲੇ ਜਾਣ, ਦੁਨੀਆਂ ਦਾ ਕੀ ਹਾਲ ਹੋਵੇ। ਕੋਈ ਨਹੀਂ, ਉਹ ਬੱਚੇ ਸਾਡੇ ਸਾਰੇ ਚਾਰੇ ਹੀ ਬਾਹਰ ਆ, ਉਹਨਾਂ ਦੇ ਚਾਰ ਲੜਕੇ ਆ, ਉਹਨਾਂ ਦੇ ਉਹ ਚਾਰ ਬਾਹਰ ਆ। ਇਹਦੇ ਭੂਆ ਦਾ ਪੁੱਤ ਲੱਗਦਾ, ਜਿਹੜੀ ਮਰੀ ਪਈ ਉਹ ਸਾਡੀ ਭੂਆ ਲੱਗਦੀ ਆ। ਲੇਕਿਨ ਅਸੀਂ, ਸਾਨੂੰ ਤਾਂ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੇ ਉੱਥੇ ਗੁਆਂਢ ਭਰਾ ਨੂੰ ਕੀ ਹੋਇਆ, ਵੀ ਉੱਥੇ ਇਕੱਠੇ ਹੋਏ ਆ। ਫਿਰ ਅਸੀਂ ਦੌੜ ਕੇ ਭੱਜ ਕੇ ਆਏ ਆ, ਇਹਨਾਂ ਨੇ ਗੁਆਂਢੀਆਂ ਨੇ, ਉਹ ਦੁੱਧ ਵਾਲਾ ਆਇਆ, ਦੁੱਧ ਵਾਲੇ ਨੇ ਉਹ ਖੜਕਾਉਂਦਾ ਸੀ, ਉਹ ਕੱਲ੍ਹ ਵੀ ਉਹਨਾਂ ਨੂੰ ਦੁੱਧ ਪਾ ਕੇ ਚਲੇ ਗਿਆ। ਉਹ ਕੱਲ੍ਹ ਕੰਮ ਵਾਲੀ ਵੀ ਸਾਨੂੰ ਦੱਸਦੀ ਪਈ ਆ ਕਿ ਅਸੀਂ ਕੱਲ੍ਹ ਆਈਆਂ ਖੜਕਾ ਕੇ ਚਲੇ ਗਈਆਂ, ਵੀ ਸਾਡਾ ਦਰਵਾਜ਼ਾ ਨਹੀਂ ਖੋਲਿਆ। ਮੱਲੇ ਵਾਲਿਆਂ ਨੇ ਫਿਰ ਕੁੰਡਾ ਖੋਲ ਕੇ ਦੇਖਿਆ ਅੰਦਰ, ਉਹ ਜਦੋਂ ਦੇਖਿਆ ਦਰਵਾਜ਼ੇ ਖੁੱਲੇ ਪਏ ਆ, ਸਭ ਕੁਝ ਖੁੱਲਾ ਪਿਆ ਤਾਂ ਉਹਨਾਂ ਦਾ ਮਰਡਰ ਹੋਇਆ ਪਿਆ ਜੀ। ਅਸੀਂ ਕੀ ਕਰ ਸਕਦੇ, ਇਸ ਤਾਂ ਬਹੁਤ ਦੁਖੀ ਆ। ਜਿਨ੍ਹਾਂ ਦੇ ਤਿੰਨ ਤਿੰਨ ਜੀ ਚਲੇ ਜਾਣ
सिर के उत्ते जड़े जिन्हें भरा एडे जवान चले गए उन्होंने तो की हाल है। कोई नहीं, बच्चे साढ़े सारे चार ही बाहर है, उन्होंने चार लड़के उन्होंने चार बाहर है। कि भूआ का पुत लगता जी मरी पई सा भूआ लगती है, लेकिन असी सानू तो किसी ने जाके दसिया कि थोड़े उत्तर गुआढ़ भरा की होया भी उत्थे कट्ठे हुए आ। फिर असी दौड़ के भज के आए, इन्होंने गुआढ़िया ने दुध आला आया, दुध आले ने वो खड़का से कल भी उन्होंने दुध पा के चले गया। वो कल काम वाली भी सानू दसदी पई है कि असी कल आई हाँ खड़का के चले गई हैं, भी सा दरवाजा नहीं खोलिया। महल वालिया ने फिर कुंडा खोल के देखे अंदर, वो जो देखे दरवाजे खुले पे आ, सब कुछ खुला पिया, तो उन्होंने मर्डर होया पिया। असं की कर सकते, इस तक बहुत दुखी हाँ, जिन्हों के तीन तीन जी चले जा सिर के उत्ते जड़े जिन्होंने भरा एडे जवान चले जाते की हाल है। कोई नहीं, बच्चे साढ़े सारे चार ही बाहर है, उन्होंने चार लड़के उन्होंने चार बाहर है। देखिए ये तो बहुत क्राउडेड एरिया है, तो काफ़ी गली के विचकार है ना, तो वी आर वेरीफाइंग, असी सारी टीमें साड़ी भी डिवाइड हो चुकी हैं, जिहड़े भी सीसीटीवी कैमराज वगैरह या अन्य कोई भी किसी ने कुछ भी ऐसा देखा हो जिहड़ा नॉर्मल तो बाहर हो, वो सारा कुछ साड़ी टीम असी वेरीफाई ऑलरेडी कर रहे हैं। मैम परिवार कहा जा रहा है कुछ बाहर भी है इन्होंने मैंबर्स, चार बेटे लगता आशंका कोई जताई जाए कोई प्रॉपर्टी, इन्हों के रिलेटिव ही दस रहे हैं कि इन्ह के जिहड़े चार बच्चे है वह बाहर है, वह विलायत के है, बाकी जिहड़ी बंदी की डैथ भी हुई है उन्होंने भी 70+ उम्र है, उन्हों की भी है ना, तो उन्हों की वाइफ तो उन्हों की माँ की डैथ हुई है जी। मैम यह सारा हमने कह जाना मुश्किल है, जिहड़ी भी साड़ी फोरेंसिक टीम है, तो बाकी इन्वेस्टिगेटिंग की जो स्पेशल यूनिट है, वह सारे दे आर कमिंग, सम ऑफ देम आर ऑलरेडी हियर, तो वो सारे जिन्ना भी बाहर या अंदर जो भी सानू एविडेंस मिलेगा असं वो फिर इनफॉर्म करा। मैडम कोई सीसी कैमरे की जांच चल रही है, कोई आया गया? हाँ जी असं वो सारा देख रहे हैं, जिवें मैंने तुहानू पहले भी किया, ये बहुत क्राउडेड एरिया है, तो काफ़ी बंदे मौजूद हैं आस पास, तुसी भी देख सकते हो, तो असं ये वेरीफाई कर रहे हैं कि जहाँ किसी के भी ऐसे कोई सीसीटीवी कैमरा हो या कुछ हो, वो सारी टीमें सारी डिवाइड होकर दे आर डूइंग इट। मैडम ये जिन्ना की डैथ हुई है तीनों सीनियर सिटीजन है, दो लेडीज़ हैं तो एक वो है मैन है, इन तीनों की उम्र अराउंड 65 के ऊपर है, जिहड़े कह रहे हैं जे हुणे दस रहे 70 के ऊपर, जिस आदमी की डैथ हुई है ओदी वाइफ दी अराउंड 66 दे अराउंड ते मां है उनकी। सानू पता लग्या जी बस सवेरे दुध आला आया, उन्होंने आके देखा, जो देखा आके गेट नहीं खुले, कल भी आए चले गए, काम वाली आई वह भी चली गई, अज सवेरे उन्होंने फिर दूसरे घर नू गेट खड़काया कि वह बाहर नहीं निकले, दुध नहीं पवा रहे, पता नहीं की गल हैगी है। जो देखा तो वह अंदर आंढ़िया गुआढ़िया ने देखा, तो पुत लगता जी मरी पई वो साडी भूआ लगती है, लेकिन असी सानू तो किसी ने जाके दसिया कि थोड़े उत्तर गुआढ़ भरा की होया भी उत्थे कट्ठे हुए आ। फिर असी दौड़ के भज के आए, इन्होंने गुआढ़िया ने दुध आला आया, दुध आले ने वो खड़का से कल भी उन्होंने दुध पा के चले गया। वो कल काम वाली भी सानू दसदी पई है कि असी कल आई हाँ खड़का के चले गई हैं, भी सा दरवाजा नहीं खोलिया। महल वालिया ने फिर कुंडा खोल के देखे अंदर, वो जो देखे दरवाजे खुले पे आ, सब कुछ खुला पिया, तो उन्होंने मर्डर होया पिया। असं की कर सकते, इस तक बहुत दुखी हाँ, जिन्होंने तीन तीन जी चले जा सिर के उत्ते जड़े जिन्होंने भरा एडे जवान चले जाते की हाल है। कोई नहीं, बच्चे साढ़े सारे चार ही बाहर है, उन्होंने चार लड़के उन्होंने चार बाहर है। मैं खबर मिली सी कि जिहड़ा लुधियाना सिटी के सलीम टावरी एरिया है, उसके न्यू जनकपुरी के एक घर के विचकार तीन डेड बॉडीज़ पड़ी हुई हैं, तो इमीजिएटली पुलिस ने रिस्पोंड करके सारे इतने ही आए हैं। ये पाया गया है कि इतने घर के बंद घर बंद सीगा, तो सुबह दूध वाले आए थे, उन्हें जब नॉक किया किसी ने खोला नहीं, फिर मोहल्लों वाले ने मिलकर जिहड़ा मेन गेट है उन्होंने खोला, तो पाया गया कि अंदर तीन डेड बॉडीज़ पई हैं। जेडे तीनों बंदे है वो तीनों सीनियर सिटीजन है, तीनों की उम्र 60 साल के उपर है, और कोई हुण प्राइमा फेसी जिहड़ा मुंडले तौर पर कोई भी लूट खोक की नहीं पता चल रही, पर असी वेरीफाई कर रहे हैं, तो सारा कुछ इन्वेस्टिगेट करेंगे और जल्दी उन्होंने फड़ांगे। मैम हुण तक अगर सीसीटीवी की गल करिए तो उस दे विच भी क्या जा रहा है कि देखिए ये तो बहुत